ਦੋਸਤੋ ਤੁਸੀਂ ਦੇਖ ਰਹੇ ਹੋ ਵਰਲਡ ਬਾਲੀਵੁੱਡ ਬਾਈ ਸੁਣਿਆ ਹੈ ਪੰਜਾਬੀ ਰਾਈਟਰ ਸਿੰਗਰ ਕੋਂਕਿਆਂ ਵਾਲਾ ਵੀਤ ਜਾਨੀ ਕਿ ਵੀਤ ਬਲਜੀਤ ਨੂੰ ਵੀ ਐਕਟਿੰਗ ਵਾਲਾ ਬੁਖਾਰ ਚੜ ਗਿਆ ਹੈ ਤੇ ਉਹ ਐਜ਼ ਅ ਲੀਡ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਜਾ ਰਹੇ ਹਨ ਦੇਖੋ ਕਿਹੜੀ ਹੈ ਫਿਲਮ ਆਪਣੀ ਕਲਮ ਦੇ ਰਾਹੀਂ ਪੰਜਾਬੀ ਗੀਤਾਂ ਨੂੰ ਪਰੋਣ ਵਾਲੇ ਗਾਇਕ ਤੇ ਲੇਖਕ ਵੀਤ ਬਲਜੀਤ ਨੇ ਇੱਕ ਨਵੀਂ ਕਹਾਣੀ ਨੂੰ ਜਨਮ ਦਿੱਤਾ ਹੈ। ਜੀ ਹਾਂ, ਹੁਣ ਉਹ ਇੱਕ ਪੰਜਾਬੀ ਫਿਲਮ ਭਾਖੜਾ ਮੈਂ ਤੇ ਤੂੰ ਕਰਨ ਜਾ ਰਹੇ ਹਨ ਤੇ ਤੁਹਾਨੂੰ ਦੱਸ ਦੇਈਏ ਉਹਨਾਂ ਨੇ ਸਿਰਫ ਫਿਲਮ ਦੀ ਕਹਾਣੀ ਹੀ ਨਹੀਂ ਲਿਖੀ ਸਗੋਂ ਫਿਲਮ 'ਚ ਮੁੱਖ ਕਿਰਦਾਰ ਨਿਭਾਉਂਦੇ ਹੋਏ ਵੀ ਨਜ਼ਰ ਆਉਂਦੇ। ਤੇ ਉਹਨਾਂ ਦੀ ਫਿਲਮ ਦੇ ਟਾਈਟਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਇੱਕ ਬਹੁਤ ਹੀ ਵੱਖਰਾ ਜਿਹਾ ਕਨਸੈਪਟ ਪੰਜਾਬੀ ਸਿਨੇਮਾ ਨੂੰ ਦੇਣ ਜਾ ਰਹੇ ਹਨ। ਜੇਕਰ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਵੀਤ ਬਲਜੀਤ ਦੇ ਓਪੋਜ਼ਿਟ ਬਾਲੀਵੁੱਡ ਸਿਨੇਮਾ ਦੇ ਵਿੱਚ ਡੈਬਿਊ ਕਰਨ ਜਾ ਰਹੀ ਇਰਵਨ ਮੀਤ ਵੀ ਮੁੱਖ ਕਿਰਦਾਰ ਦੇ ਵਿੱਚ ਨਜ਼ਰ ਆਵੇਗੀ ਅਤੇ ਇਸ ਦੇ ਨਾਲ ਹੀ ਸਿੰਗਰ ਦੀਪਕ ਢਿੱਲੋਂ, ਗੁਰਪ੍ਰੀਤ ਕੌਰ ਭਾਂਗੂ, ਹਾਰਵੀ ਸੰਘਾ, ਮਲਕੀਤ ਰੋਣੀ, ਸ਼ਵਿੰਦਰ ਮਾਹਲ ਵਰਗੇ ਮੰਜੇ ਹੋਏ ਪਿੱਠਵਰਤੀ ਕਲਾਕਾਰ ਵੀ ਆਪਣੀ ਅਦਾਕਾਰੀ ਦਾ ਜ਼ੋਹਰ ਦਿਖਾਉਂਦੇ ਹੋਏ ਨਜ਼ਰ ਆਉਣਗੇ ਅਤੇ ਫਿਲਮ ਦੇ ਸੈੱਟ ਤੋਂ ਹਾਰਵੀ ਸੰਘਾ ਅਤੇ ਵੀਤ ਬਲਜੀਤ ਦੀ ਮਸਤੀ ਭਰੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਰਾਜੀਵ ਕੁਮਾਰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਅਤੇ ਇਹ ਫਿਲਮ ਪੂਨੀਆ ਪ੍ਰੋਡਕਸ਼ਨ ਤੇ ਸਟੇਟ ਸਟੂਡੀਓ ਦੇ ਬੈਨਰ ਹੇਠਾਂ ਰਿਲੀਜ਼ ਕੀਤੀ ਜਾਵੇਗੀ ਤੇ ਐਂਟਰਟੇਨਮੈਂਟ ਦੀ ਹਰ ਜਾਣਕਾਰੀ ਦੇ ਲਈ ਜੁੜੇ ਰਹੋ ਵਾਇਰਲ ਬਾਲੀਵੁੱਡ ਦੇ ਨਾਲ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ।